गुरदासपुर की सबसे बड़ी बटाला अनाज मंडी में प्रशासनिक प्रबंधों की पोल खुलती दिखाई दे रही है। मंडी में हदायतों की मंडी प्रशासन की नाक तले खुल के हो रही है उल्लंघना। बटाला अनाज मंडी में फिलहाल गेहूं की फसल तो नहीं पहुंची, लेकिन 15 अप्रैल से फसल की खरीद शुरू हो चुकी है। और आज जब हमारी टीम बटाला मंडी में पहुंची तो देखा वहां किसान अपनी सरसों की फसल और धान की फसल को बेचने के लिए भारी तादाद में पहुंचे दिखाई दिए और कोरोना को लेकर वहां किसी भी हिदायत का पालन होता दिखाई नहीं दिया। वही किसानों का कहना था कि मंडी में इन हिदायतों को लेकर कोई भी खास इंतजाम नहीं किए गए हैं और ना ही किसी मार्केट कमेटी के किसी भी अधिकारी ने उनसे कोई रास्ता कायम किया है और ना ही उन्हें कुछ समझाया गया है। वही मार्केट कमेटी बटाला के अधिकारी का कहना था कि उसकी तरफ से मंडी के मुकम्मल प्रबंध किए गए हैं और अपने कर्मचारियों की हदायतें भी दे रखी हैं। मंडी में कोरोना को लेकर सारी हदायतों को लागू करवाया जाए और मंडी में अगर कोई भी इन हदायतों का उल्लंघन करता दिखाई दिया तो उनको चेतावनी दी जाएगी और बनाई कार्रवाई की जाएगी। ਅਸੀਂ ਪਿੰਡ ਸੁੱਖਾ ਰਾਜੂ ਤੋਂ ਆਏ ਹਾਂ। ਸਾਡੀ ਬਾਸਮਤੀ ਦੇ ਦਾਣੇ ਲੈ ਕੇ ਆਏ ਹਾਂ ਅਤੇ ਕਾਫੀ ਚਿਰ ਤੋਂ ਡੱਕੀ ਪਈ ਸੀਗੀ ਅਤੇ ਉਹਨੂੰ ਵੇਚਣ ਵਾਸਤੇ ਅਸੀਂ ਆਏ ਹਾਂ। ਬਾਕੀ ਚਲੋ ਸਰਕਾਰ ਦੀ ਜੋ ਵੀ ਕੰਡੀਸ਼ਨਾਂ ਪੂਰੀਆਂ ਕਰਦੇ ਹਾਂ ਅਤੇ ਕੋਵਿਡ ਜੋ ਆ ਉਹ ਫੈਲਿਆ ਹੋਇਆ। ਤੁਹਾਨੂੰ ਜਿਹੜੀਆਂ ਸਰਕਾਰ ਵੱਲੋਂ ਕਹੀਆਂ ਗਈਆਂ ਵੀ ਕਿਸਾਨਾਂ ਨੂੰ ਮੰਡੀ 'ਚ ਵੜਨ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਜਾਊਗਾ, ਹੱਥਾਂ ਨੂੰ ਸਾਫ਼ ਕਰਵਾਇਆ ਜਾਊਗਾ, ਸਭ ਕੁਛ ਤੁਹਾਡੇ ਕੋਲ ਸਰਕਾਰ ਦੁਆਰਾ ਕਰਵਾਇਆ ਗਿਆ ਕੁਛ? ਹਾਂਜੀ ਹਾਂਜੀ ਕਰਕੇ ਆਏ ਹਾਂ ਜੀ। ਕਿਹੜੀ ਜਗ੍ਹਾ ਕੀਤਾ ਜੀ? ਅਸੀਂ ਰਸਤੇ 'ਚ ਕਿਨਾਂ ਦੇ ਇੱਥੇ ਮੰਡੀ ਦੀ ਗੱਲ ਕਰਦੇ ਹਾਂ। ਮੰਡੀ ਵੱਲੋਂ ਜੀ ਅਜੇ ਪ੍ਰੋਵਾਈਡ ਨਹੀਂ ਹੈਗਾ, ਮੰਡੀ ਵੱਲੋਂ ਨਹੀਂ। ਅਸੀਂ ਆਪਣੇ ਤੌਰ 'ਤੇ ਪਬਲਿਕ ਜਿਹੜੀ ਆ ਸਾਰੀ ਸਿਆਣੀ ਆਪਣੇ ਤੌਰ 'ਤੇ ਤੁਸੀਂ ਹੈਗੇ ਹੋ ਹਨਾ, ਪਰ ਮੰਡੀ 'ਚ ਹੈਗਾ ਕੁਛ ਇਸ ਤਰ੍ਹਾਂ ਦੇ ਪ੍ਰਬੰਧ ਜਿੱਥੇ ਤੁਸੀਂ ਆਏ ਹੋ ਲੈ ਕੇ? ਮੰਡੀ 'ਚ ਤਾਂ ਸਾਨੂੰ ਅਜੇ ਤੱਕ ਨਹੀਂ ਦਿਖਿਆ। ਬਾਕੀ ਉਹ ਸਰਕਾਰਾਂ ਦੇ ਕਹਿਣ ਦਾ ਅਤੇ ਕਥਨੀ 'ਚ ਬੜਾ ਫਰਕ ਆ। ਅਸੀਂ ਤਾਂ ਇਹ ਗੱਲ ਆਖਾਂਗੇ ਵੀ ਸਰਕਾਰ ਜਿਹੜੀ ਉੱਤੇ ਅਮਲ ਦਿੰਦੀ ਹੈ ਜ਼ਿਮੀਂਦਾਰਾਂ ਨੂੰ, ਉਹ ਅਮਲ ਜਿਹੜਾ ਵਾ ਜ਼ਿਮੀਂਦਾਰ ਆਪ ਲੋਕ ਕਰਨ ਕੇ ਤਿਆਰ ਨੇ। ਅਸੀਂ ਇਹ ਨਹੀਂ ਚਾਹੁੰਦੇ ਵੀ ਜਿਹੜੀ ਬਿਮਾਰੀ ਆਈ ਹੈ ਫੈਲੇ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਫਸਲ ਸਿਸਟਮੈਟਿਕਲੀ ਨਾ ਜਾਵੇ। ਸੁਖਦੇਵ ਸਰ, ਸੁਖਦੇਵ ਸਿੰਘ ਜੀ ਕਿੱਥੋਂ ਆਏ ਅਤੇ ਕੀ ਲੈ ਕੇ ਆਏ ਹੋ ਜੀ? ਬਾਸਮਤੀ ਲੈ ਕੇ ਆਏ। ਕਿੱਥੇ ਆਏ ਹੋ? ਇੱਥੇ ਮੰਡੀ ਬਟਾਲਾ। ਮੰਡੀ ਅਤੇ ਬਟਾਲੇ ਦੇ ਮੰਡੀ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਸਰਕਾਰ ਨੇ ਕਹੇ ਸੀ ਕਿ ਕਿਸਾਨਾਂ ਨੂੰ ਸੈਨੇਟਾਈਜ਼ਰ ਦਿੱਤਾ ਜਾਊਗਾ, ਹੱਥ ਸਾਫ਼ ਕਰਾਏ ਜਾਣਗੇ, ਕੁਛ ਕਰਾਇਆ ਗਿਆ ਤੁਹਾਡਾ ਕੁਛ? ਨਹੀਂ ਜੀ, ਸਾਬਣ ਹੈਗਾ ਉੱਥੇ ਬਾਥਰੂਮ 'ਚ, ਹੋਰ ਤਾਂ ਕੁਛ ਨਹੀਂ। ਹੋਰ ਕੁਛ ਨਹੀਂ? ਹੋਰ ਕੋਈ ਗਲਵਜ਼ ਨਹੀਂ, ਕੋਈ ਕੁਛ ਨਹੀਂ, ਕੁਝ ਨਹੀਂ। ਮੰਡੀਆਂ 'ਚ ਅਸੀਂ ਮੇਨ ਜਿੱਦਾਂ ਬਟਾਲਾ ਮੇਨ ਮੰਡੀ ਮੇਨ ਯਾਰਡ ਆ, ਇੱਥੇ ਅਸੀਂ ਮੰਡੀ ਬੋਰਡ ਵੱਲੋਂ ਆਪਣਾ ਪਲੈਨਿੰਗ ਵਿੱਚ 750 ਕਰੋੜ ਦੀ ਪਲੈਨਿੰਗ ਵਿੱਚ ਮੰਡੀਆਂ ਡਿਵੈਲਪਮੈਂਟ ਵਿੱਚ ਇੱਥੇ ਹਾਈਮਸਟ ਟਾਵਰ ਲਾਤੇ ਆ, ਜਿਹਨਾਂ ਨਾਲ ਕਿ ਸਾਰੀ ਮੰਡੀ ਵਿੱਚ ਪੂਰੀ ਤਰ੍ਹਾਂ ਦੀ ਰੋਸ਼ਨੀ ਹੋ ਗਈ, ਕਿਸੇ ਤਰ੍ਹਾਂ ਦੀ ਰਾਤ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਉਸ ਤੋਂ ਇਲਾਵਾ ਪਾਣੀ ਦਾ ਪ੍ਰਬੰਧ ਸਾਡਾ ਪੱਕਾ ਵਾ, ਬਿਜਲੀ ਕਰਨ ਵੀ ਪੱਕਾ ਵਾ, ਸਟਾਫ ਦੀ ਅਸੀਂ ਡਿਊਟੀਆਂ ਲਾ ਦਿੱਤੀਆਂ ਗਈਆਂ। ਮੰਡੀ ਬੋਰਡ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅਸੀਂ ਆੜਤੀਆਂ ਨੂੰ ਪਾਸ ਦੇ ਦਿੱਤੇ ਨੇ ਟਰਾਲੀਆਂ ਲਿਆਉਣ ਦੇ। ਉਹ ਅਸੀਂ 17 ਤਰੀਕ ਤੋਂ ਉਹਨਾਂ ਨੂੰ ਡੇਟ ਪਾ ਕੇ ਅੱਗੇ 17, 18, 19 ਦਾ 3-3 ਪੜਾਵਾਂ ਟੀਕਾ ਦੇਣੇ ਸ਼ੁਰੂ ਕਰ ਦਿੱਤੇ। ਸਰ, ਜਿੱਦਾਂ ਦੇਖਿਆ ਗਿਆ ਕਿ ਹਾਲੇ ਕਣਕ ਦੀ ਆਮਦ ਇੰਨੀ ਸ਼ੁਰੂ ਨਹੀਂ ਹੋਈ, ਪਰ ਉਸ ਤੋਂ ਇਲਾਵਾ ਜਿਹੜੀ ਝੋਨੇ ਦੀ ਫਸਲ ਆ ਜਾਂ ਸਰ੍ਹੋਂ ਦੀ ਫਸਲ ਆ, ਉਹ ਕਿਸਾਨ ਲੈ ਕੇ ਮੰਡੀਆਂ 'ਚ ਪਹੁੰਚ ਰਹੇ ਆ, ਟਰਾਲੀਆਂ। ਅਸੀਂ ਵੀ ਉੱਥੋਂ ਹੋ ਕੇ ਆਏ ਹਾਂ, ਪਰ ਉਹਨਾਂ ਵੱਲੋਂ ਕੋਈ ਵੀ ਐਸਾ ਹਦਾਇਤ ਨਹੀਂ ਮੰਨੀ ਜਾ ਰਹੀ ਜਿਹੜੀ ਸਰਕਾਰਾਂ ਨੇ ਦਿੱਤੀ ਸੀ ਜਾਂ ਮੰਡੀ ਬੋਰਡ ਵੱਲੋਂ ਜਾਂ ਮੰਡੀ ਮਾਰਕੀਟ ਕਮੇਟੀ ਵੱਲੋਂ ਦਿੱਤੀ ਗਈ ਹੈ। ਅਸੀਂ ਸਾਰੇ ਆਪਣੇ ਸਟਾਫ ਨੂੰ ਹਦਾਇਤ ਕਰਤੀ ਹੈ ਕਿ ਜਿਹੜੀ ਵੀ ਟਰਾਲੀ ਬਿਨਾਂ ਜਿਹੜਾ ਵੀ ਜ਼ਿਮੀਂਦਾਰ ਟਰਾਲੀ ਬਿਨਾਂ ਮਾਸਕ ਤੋਂ ਲੈ ਕੇ ਆਏਗਾ ਉਸਨੂੰ ਉਸਦੀ ਐਂਟਰੀ ਬੈਨ ਕਰ ਦਿੱਤੀ ਜਾਏਗੀ ਅਤੇ ਪੁਲਿਸ ਨੂੰ ਨਾਲ ਹੀ ਹਦਾਇਤ ਕਰ ਦਿੱਤੀ ਜਾਏਗੀ, ਇਮੀਡੀਏਟ ਕਾਰਵਾਈ ਕੀਤੀ ਜਾਏਗੀ। ਸਰ, ਹੁਣ ਫਿਰ ਫਿਲਹਾਲ ਜਿਹੜੇ ਉੱਥੇ ਮੰਡੀ ਦੇ ਵਿੱਚ ਲੱਗੇ ਹੋਏ ਨੇ ਢੇਰ ਕਿਸਾਨ ਪਹੁੰਚੇ ਹੋਏ ਨੇ, ਉਹਨਾਂ ਦਾ ਕੀ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਤੀ ਹੈ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਜਾਵੇ। ਬੋਲੀ ਤਾਂ ਸ਼ੁਰੂ ਹੋਏਗੀ ਜਦ ਤੱਕ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾਏਗਾ, ਮੂੰਹ ਨਹੀਂ ਢੱਕਿਆ ਜਾਏਗਾ। ਉਸ ਤੋਂ ਇਲਾਵਾ ਜੋ ਵੀ ਮੰਡੀ ਬੋਰਡ ਦੇ ਕਾਨੂੰਨ ਆ ਉਹਦੀ ਪਾਲਣਾ ਨਹੀਂ ਹੋਈ, ਉਸ ਤੋਂ ਤਦ ਤੱਕ ਅਸੀਂ ਕੋਈ ਵੀ ਬੋਲੀ ਨਹੀਂ ਕਰਾਂਗੇ। ਸਰ, ਅੱਜ ਜਿਹੜੀ ਸ਼ੁਰੂਆਤ ਹੋਈ ਆ, ਅੱਜ ਤੋਂ ਹੀ ਇਹ ਲਾਗੂ ਕਿਉਂ ਨਹੀਂ ਹੋ ਸਕਿਆ ਸਰ? ਕੀ ਮਤਲਬ ਮੁਲਾਜ਼ਮਾਂ ਦੀ ਜਾਂ ਕਿਸ ਤਰ੍ਹਾਂ ਇਹ ਜਿਹੜੀ ਹੋਈ ਹੈ? ਇਹ ਆੜ੍ਹਤੀਆਂ ਨੂੰ ਅਸੀਂ ਹਦਾਇਤ ਕੀਤੀ ਸੀ ਕਿ ਅਸੀਂ ਥੋੜ੍ਹਾ ਇੱਧਰ ਸਬਜ਼ੀ ਮੰਡੀ 'ਚ ਸਾਡੀ ਸ਼ਿਫਟ ਕਰਨ ਵਾਲੇ ਹਾਂ ਜੀ ਥੋੜ੍ਹਾ, ਕਿਉਂਕਿ ਸਬਜ਼ੀ ਮੰਡੀ ਅਸੀਂ ਦਾਣਾ ਮੰਡੀ 'ਚ ਖਿਲਾਰੀ ਸੀ, ਉਹਦੇ ਕਰਕੇ ਅਸੀਂ ਉਹਦਾ ਨਵਾਂ ਪਲੈਨ ਕਰ ਰਹੇ ਹਾਂ। ਮਾਣਯੋਗ SSP ਸਾਹਿਬ ਵੀ ਆਏ ਸੀਗੇ, DMO ਸਾਹਿਬ ਵੀ ਆਏ ਸੀਗੇ, ਥੋੜ੍ਹਾ ਅਸੀਂ ਉੱਧਰ ਪਲੈਨਿੰਗ 'ਚ ਲੱਗੇ ਹਾਂ। ਇਹ ਵੀ ਜਿਹੜੀਆਂ ਕਿਤੇ ਹੋਈ ਹੈ ਜੇ ਕਿਸੇ ਆੜ੍ਹਤੀ ਨੇ ਕੀਤੀ ਹੈ ਤਾਂ ਇਮੀਡੀਏਟ ਕਰ ਦਿੱਤੇ ਜਾਣਗੇ। ਗੁਰਦਾਸਪੁਰ ਸੇ ਜਸਵਿੰਦਰ ਬੇਦੀ ਕੀ ਰਿਪੋਰਟ, ਬੁਲੰਦ TV।